ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੈਂ ਜੀ ਮੁਹੰਮਦ ਸਰਫਰਾਜ਼ ਇੱਕ ਵਾਰ ਫਿਰ ਦੋਸਤਾਂ ਦੀ ਖਿਦਮਤ ਚ ਹਾਜ਼ਰ ਜੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਮੂੜ ਚੱਕ 48 ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਚ ਚੌਧਰੀ ਅਦਨਾਨ ਵੜੈਜ ਸਾਹਿਬ ਦੇ ਫਾਰਮ ਤੇ ਚੌਧਰੀ ਸਾਹਿਬ ਜਿਹੜੇ ਆ ਵੜੈਜ ਆ ਜਿਸ ਤਰ੍ਹਾਂ ਕਿਹਾ ਜਾਂਦਾ ਜੱਟ ਆ ਲੇਕਿਨ ਨਾ ਇਹ ਹੁਣ ਥੋੜਾ ਜਿਹਾ ਕੰਮ ਬਦਲਦੇ ਜਾਂਦੇ ਆ ਰਈਆਂ ਵਾਲੇ ਪਾਸੇ ਆਉਂਦੇ ਜਾਂਦੇ ਅਦਨਾਨ ਸਾਹਿਬ ਸਲਾਮ ਵਾਲੇਕਮ ਵਾਲੇਕਮ ਸਲਾਮ ਅਦਨਾਨ ਸਾਹਿਬ ਪਹਿਲਾਂ ਤਾਂ ਮੈਨੂੰ ਇਹ ਦੱਸੋ ਚੰਗਾ ਭਲਾ ਮੂੰਜੀ ਕਣਕ ਕਮਾਤ ਤੁਹਾਡੀਆਂ ਫਸਲਾਂ ਚ ਹੁੰਦੀਆਂ ਆ ਤੁਸੀਂ ਕੀ ਆ ਗਏ ਨਰਸਰੀ ਵਾਲੇ ਪਾਸੇ ਸਰ ਐਕਸਪੈਰੀਮੈਂਟ ਕਰਦੇ ਰਹਿਣਾ ਚਾਹੀਦਾ ਵਾ ਅੱਛਾ ਜੀ ਤੇ ਕਾਮਯਾਬੀ ਤੇ ਫੇਰ ਹੀ ਮਿਲੇਗੀ ਅਗਰ ਅਸੀਂ ਕੁਝ ਐਫਰਟ ਕਰਾਂਗੇ ਕੋਈ ਨਵਾਂ ਕਰਨ ਦੀ ਤਾਂ ਤੇ ਹੀ ਚੱਲਦੇ ਰਹਿਣਾ ਵਾ ਪਿੱਛੇ ਜੋ ਚੱਲ ਰਿਹਾ ਉਹ ਵਾ ਜੀ ਫਿਰ ਨਵੀਂ ਕੋਈ ਨਾ ਕੋਈ ਡਿਵੈਲਪਮੈਂਟ ਆ ਸਕਦੀ ਨਾ ਕੋਈ ਤਬਦੀਲੀ ਆ ਸਕਦੀ ਕੋਈ ਪੋਜ਼ਿਟਿਵ ਜੀ ਫਿਰ ਤੇ ਉਸੇ ਹੀ ਚੱਕਰ ਜਿਹਾ ਅਸੀਂ ਚੱਲਦੇ ਰਾਂਗੇ ਕੋਲੋ ਦੀ ਬੈਲ ਦੀ ਤਰ੍ਹਾਂ ਅੱਛਾ ਹੁਣ ਤੁਸੀਂ ਕਿਹੜੇ ਕਿਹੜੇ ਪੌਦੇ ਲਾਏ ਅਸੀਂ ਜੀ ਮੇਨ ਸਾਡਾ ਆਪਣਾ সুইਟ ਲਾਈਮ ਮਿੱਠਾ ਹੈ ਜੀ ਸਾਡਾ ਉਹ ਚਾਰ ਕਿਕਰਡ ਤੇ ਜੀ ਇੰਟਰ ਕ੍ਰੋਪਿੰਗ ਹੈ ਉਹਦੇ ਵਿੱਚ ਗੁਲਾਬ ਦੀ ਜੀ ਨਾਲ ਥੋੜਾ ਬਹੁਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਿਲਣ ਜਿਹੜੀਆਂ ਸਾਡੇ ਇਲਾਕੇ 'ਚ ਨਹੀਂ ਲਾਈਆਂ ਜਾਂਦੀਆਂ ਹਾਂਜੀ ਉਹਨਾਂ ਨੂੰ ਕੋਈ ਥੋੜਾ ਜਿਆਦਾ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਹ ਹੌਸਤਾ ਹੌਸਤਾ ਸੀ ਉਹਦੇ ਤੇ ਕੋ ਫਲੋਰੀ ਕਲਚਰਲ ਜਾ ਰਹੇ ਹਾਂ ਜੀ ਨਰਸਰੀ ਵਾਲਾ ਸੈਟਅਪ ਨੂੰ ਥੋੜਾ ਬੋਤ ਨੂੰ ਬੇਸ ਬਣਾ ਰਹੇ ਹਾਂ ਅੱਛਾ ਤੁਸੀਂ ਆ ਮੈਂ ਦੇਖ ਰਿਹਾ گلاب ਜਿਹੜਾ ਨਾ ਇਹ ਲਾਇਆ ਔਰ ਬੜਾ ਸੰਘਣਾ ਲਾਇਆ ਸੰਘਣਾ ਲਾਣ ਦੀ ਵਜ੍ਹਾ ਇਹ ਸੋ ਸਭ ਆਪਣਾ ਨਰਸਰੀ ਦੀ ਬਣਾਈ ਅੱਗੇ ਸ਼ਿਫਟ ਕਰਨ ਵਾਸਤੇ ਕਿਉਂਕਿ ਅਸੀਂ ਅੱਗੇ مزید ਇਹਨੂੰ 2-3 ਏਕੜ ਦੇ ਵਿੱਚ ਵਧਾਉਣਾ ਚਾਹੁੰਦੇ ਸੀ ਹਾਂਜੀ ਉਹ ਬਜਾਏ ਇਸ ਦੇ ਕਿ ਤੁਸੀਂ ਕਲਮ ਉਸ ਜਗ੍ਹਾ 'ਚ ਲਾਓ ਅੱਗੇ ਉਹਦੀ ਸਾਲ 1 ਏਕੜ ਦਾ ਅਗਰ 1 ਏਕੜ ਦੇ ਵਿੱਚ 9000 ਪੌਦਾ ਲੱਗਦਾ ਹੈ ਹਾਂਜੀ ਉਸ 9000 ਪੌਦੇ ਦੇ ਵਾਸਤੇ ਤੁਸੀਂ ਪੂਰਾ 1 ਏਕੜ ਬਿਜ਼ੀ ਰੱਖਣਾ ਹਾਂਜੀ ਸਾਲ ਇੱਕ ਤੋਂ ਕਿਉਂਕਿ ਪੌਦਾ ਕਲਮ ਤੋਂ ਤਿਆਰ ਹੋਣ ਤੱਕ ਲੱਗ ਜਾਂਦਾ ਹਾਂਜੀ ਉਸ 1 ਏਕੜ ਨੂੰ ਤੁਸੀਂ ਸਿਰਫ 9000 ਕਲਮ ਵਾਸਤੇ ਸਾਰਾ ਸਾਲ ਬਿਜ਼ੀ ਵੀ ਰੱਖਣਾ ਤਾਂ ਉਸ ਪੂਰੇ 1 ਏਕੜ ਦੀ ਮੇਨਟੇਨੈਂਸ ਕਾਸਟ ਐ ਨੂੰ ਪੈਣੀ ਠੀਕ ਹੈ ਜੀ ਅਸੀਂ ਇਹ ਮਿਸਟੇਕ ਕੀਤੀ ਸਭ ਤੋਂ ਪਹਿਲੇ ਜਿਹੜੇ ਕੋਈ 2-3 ਏਕੜ ਲਾਏ ਨੇ ਔਰ ਗਲਤੀ ਕਰਕੇ ਅਸੀਂ ਉਹਦੇ ਤੋਂ ਇਹ ਸਿੱਖਿਆ ਕਿ ਅਸੀਂ بجائے ਦੇ ਕਿ 1 ਏਕੜ 'ਚ 9000 ਕਲਮ ਲਾ ਕੇ ਤੇ ਅਸੀਂ ਉਹਨੂੰ ਉਹਦੀ ਲੁੱਕ ਆਫਟਰ ਕਰੀਏ ਜੀ ਉਹਦੀ بجائے 10 ਮਰਲੇ ਦੇ ਵਿੱਚ ਕਿਉਂ ਨਾ ਇਹਦੀ ਨਰਸਰੀ ਤਿਆਰ ਕਰ ਲਈ ਜਾਏ ਆਪਣਾ 9000 ਕਲਮ 10 ਮਰਲੇ 'ਚ ਲੱਗ ਜਾਂਦੀ ਉਹਨੂੰ ਤੁਸੀਂ अच्छा ਤੁਸੀਂ ਦੱਸ ਰਹੇ ਸੀ YouTube ਤੇ ਮੋਸਟਲੀ ਜਿਹੜੇ ਇੰਟਰਵਿਊ ਪਲਾਂਟਡ ਹੁੰਦੇ ਆ ਹਾਂਜੀ ਉਹ ਆਪਣੀ ਰੇਟਿੰਗ ਸ਼ਿਟਿੰਗ ਲੈਣ ਵਾਸਤੇ ਜ਼ਿਆਦਾ ਉਹਨਾਂ ਦੇ ਵਿੱਚ ਜਿਹੜਾ ਉਹ ਡਾਟਾ ਸ਼ਟ ਆਉਟ ਪਲਾਂਟਡ ਹੁੰਦਾ ਜੀ ਹਾਂਜੀ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਉਹ ਨੁਕਸਾਨ ਕਰਕੇ ਬਾਅਦ ਚ ਪਤਾ ਚੱਲਦਾ ਜੀ ਉਹ ਨਹੀਂ ਉਹਦੇ ਵਿੱਚ ਵਾਅਦਾ ਕੀਤੀਆਂ ਗਈਆਂ ਹੁੰਦੀਆਂ ਹਾਂਜੀ ਉਹਦੇ ਚ ਇਹਦੀ ਕੇਅਰ ਦਾ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਇਹਦੀ ਕੋਈ 5-6 ਮਹੀਨੇ ਤੱਕ ਤੁਸੀਂ ਗੋਡੀ ਤੋਂ ਅਵਾਇਡ ਹੀ ਕਰਨਾ ਗੋਡੀਆਂ ਨਹੀਂ ਕਰਨੀ ਚਾਹੀਦੀ ਜਿਹੜੀ ਕਲਮ ਹਿਲ-ਹੁਲ ਜਾਂਦੀ ਆ ਨਾ ਜੀ ਉਹ ਉਹਦੇ ਕੋ ਥੋੜੇ ਚਾਂਸ ਹੁੰਦੇ ਬਚਣ ਦੇ ਠੀਕ ਆ ਜੀ ਕਿਉਂਕਿ ਮਾਰਚ ਤੋਂ ਬਾਅਦ ਗਰਮੀ ਜ਼ਿਆਦਾ ਹੋ ਜਾਂਦੀ ਆ ਲੋ ਚੱਲਣੀ ਸ਼ੁਰੂ ਹੋ ਜਾਂਦੀ ਆ April ਦੇ May ਦੇ ਵਿੱਚ ਹਾਂਜੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਗੋਡੀਆਂ ਅਗਰ ਤੁਸੀਂ ਕਰਨੀ ਸ਼ੁਰੂ ਕਰਦੇ ਹੋਗੇ ਜਿਹੜੀ ਕਲਮ ਇੱਕ ਦਫਾ ਹਿਲ ਜਾਏਗੀ ਗਰਮ ਲੋ ਦੇ ਵਿੱਚ ਉਹ ਸੁੱਕ ਜਾਏਗੀ ਉਹ ਦੁਬਾਰਾ ਨਹੀਂ ਚੱਲੇਗੀ ਠੀਕ ਆ ਜੀ ਦੂਸਰਾ ਇਹਦਾ ਪਾਣੀ ਦਾ ਅਸੀਂ ਤੇ ਕਿਉਂਕਿ ਸਾਡੇ ਏਰੀਆ 'ਚ ਪਹਿਲੇ ਗਲਾਬ ਨਹੀਂ ਲੱਗ ਰਿਹਾ ਜੀ ਸਸੀ ਪੈਸਟੀਸਾਈਡਸ ਵਾਲਿਆਂ ਕੋਲ ਵੀ ਜਾਂ ਜਿੰਨਾਂ ਕੋਲ ਵੀ ਇਹਦੀ ਕੋ ਫਲੋਰਿੰਗ ਲੈਣ ਵਾਸਤੇ ਕਿ ਜ਼ਿਆਦਾ ਫੁੱਲ ਲੈਣ ਲਈ ਸਾਨੂੰ ਕੋਈ ਦੀ ਕੋ ਫਲ ਦੀ ਕੋ ਸਪਰੇਅ ਦਿਓ ਹਾਂਜੀ ਉਹ ਜਿੰਦਾ ਵੀ مشਵਾ ਕੀਤਾ ਉਹਨਾਂ ਨੇ ਇਹ ਆਖਿਆ ਜੀ ਤੁਸੀਂ ਇਹਦਾ ਪਾਣੀ ਰੋਕਣਾ ਹਾਲਾਂਕਿ ਇਹਦਾ ਪਾਣੀ ਰੋਕਣਾ گلاب ਦੀ ਮੌਤ ਆ ਪਾਣੀ ਨੂੰ گلاب ਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਇਹਦਾ ਬੱਤਰ ਤਰਹੀ ਰਹਿਣਾ ਚਾਹੀਦਾ ਠੀਕ ਹੋ ਗਿਆ ਫਿਰ ਤੁਹਾਡੀ ਪ੍ਰੋਡਕਸ਼ਨ ਵੀ ਅਸੀਂ ਆਏਗੀ ਉਹਨਾਂ ਦੀ ਗ੍ਰੋਥ ਵੀ ਅੱਛੀ ਹੋਏਗਾ ਠੀਕ ਹੈ ਜੀ ਔਰ ਪੈਸਟੀਸਾਈਡ ਵਾਸਤੇ ਤੁਸੀਂ ਸਭ ਤੋਂ ਪਹਿਲੇ ਸਬਜ਼ੀਆਂ ਵਾਸਤੇ ਜਿਸ ਤਰ੍ਹਾਂ ਤੁਸੀਂ ਸਪਰੇਅ ਕਰਦੇ ਹੋ ਪੈਂਡੀਮੈਥਲਨ ਦੀ ਜੀ ਇੱਕ ਦੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਕੁਆਰੀਆਂ ਨੇ ਜਿਹੜੇ ਉਹ ਸਪਰੇ ਤੁਸੀਂ ਅਗਰ ਪਹਿਲੇ ਕਰ ਲੈਂਦੇ ਹੋ ਕਲਮਾਂ ਲਾਨ ਲੱਗਿਆ ਉਹ 2 ਮਹੀਨੇ ਤੱਕ ਦਾ ਤੁਹਾਡਾ ਜਿਹੜੀ ਬੂਟੀਆਂ ਦਾ ਨਾਂ ਉਹ ਅਗਾਉ ਬੰਦ ਰੱਖਦੀਆਂ ਉਹ 2 ਮਹੀਨੇ ਤੱਕ ਤੇ ਜੜੀ ਬੂਟੀ ਉਗਦੀ ਕੋਈ ਨਹੀਂ ਠੀਕ ਹੈ ਉਸ ਤੋਂ ਬਾਅਦ ਹੁਣ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਅਸੀਂ ਉਹਨੂੰ ਸਪਰੇਸ ਅਪਰੂਵ ਹੀ ਕੀਤਾ ਖੱਬਲ ਢੀਲਾ ਢੀਲਾ ਨਹੀਂ ਸੋਰੀ ਖੱਬਲ ਮਧਾਨਾ ਸ਼ਾਣਾ ਤੇ ਸਵਾਂਕੀਕਾ ਹਾਂਜੀ ਇਹ ਕੁਜ਼ੈਲਾ ਫੌਪ ਜਿਹੜੀ ਸਪਰੇਅ ਆ ਉਹਦੇ ਨਾਲ ਖਤਮ ਹੋ ਜਾਂਦਾ ਔਰ ਉਹ ਗੁਲਾਬ ਤੇ ਉਹਦਾ ਸਟ्रेस ਨਹੀਂ ਹੈ ਠੀਕ ਹੈ ਜੀ ਦੂਸਰਾ ਅੱਗੇ ਡੀਲਾ ਆ ਗਿਆ ਡੀਲੇ ਤੇ ਡੋਰਮਲ ਦੇ ਨਾਮ ਤੋਂ ਇੱਕ ਟਮਾਟਰਾਂ ਦੀ ਸਪਰੇਅ ਆ ਜਿਹਦਾ ਡੀਲਾ ਕੰਟਰੋਲ ਕਰਨ ਵਾਲੀ ਅੱਛਾ ਜੀ ਉਹ ਟਮਾਟਰ ਨੂੰ ਵੀ ਕੁਛ ਨਹੀਂ ਕਹਿੰਦੀ ਉਹ ਗੁਲਾਬ ਨੂੰ ਵੀ ਕੁਛ ਨਹੀਂ ਕਹਿੰਦੀ ਇਹ ਛੋੜੇ ਪੱਤੇ ਜਾਂਦਾ ਔਰ ਛੋੜੇ ਪੱਤੇ ਨੂੰ ਜਿਹੜੀਆਂ ਨੁਕਸਾਨ ਨਹੀਂ ਪਹੁੰਚਾਉਂਦੀਆਂ ਸਪਰੇਅਾਂ ਉਹਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੀਆਂ ਠੀਕ ਹੈ ਜੀ ਢੀਲੇ ਦੀ ਅਗਰ ਉਹ ਸਪਰੇਅ ਕਰ ਦਿੱਤੀ ਜਾਵੇ ਤੇ ਤੁਹਾਡੇ ਘਾਹ ਦੀ तकरीबन ਸਾਰੀਆਂ ਵਰਾਇਟੀਆਂ ਖਤਮ ਹੋ ਸਕਦੀਆਂ ਹਾਂ ਅਗਰ ਕਿਸੇ ਦੀ ਜ਼ਮੀਨ 'ਚ ਏਟ ਸੈਟ ਦਾ ਵੀ ਹੈ ਮੌਜੂਦ ਹਾਂਜੀ ਏਟ ਸੈਟ ਜ਼ਰੂਰ ਹੋਵੇਗੀ ਉਹਨੂੰ ਹੱਥਾਂ ਨਾਲ ਹੀ ਤਲਫ ਕਰਨਾ ਪੈਣਾ ਚਿਬੜਾਂ ਦੀਆਂ ਵੱਲਾਂ ਸਾਨੂੰ ਦੀ ਬਹੁਤ ਤੰਗ ਕਰੀ ਖੜੀਆਂ ਉਹ ਵੀ ਹੱਥਾਂ ਨਾਲ ਉਹ ਵੀ ਹੱਥਾਂ ਨਾਲ ਹੀ ਪੁੱਟਣੀਆਂ ਪੈਣਗੀਆਂ ਠੀਕ ਹੈ ਜੀ ਇਹ ਹੋ ਗਿਆ ਜੜੀ ਬੂਟੀ ਦਾ ਵੀ ਹੋ ਗਿਆ ਤੇ ਖਾਦ ਸ਼ਾਦ ਖਾਦ ਜੀ ਗੁਲਾਬ ਨੂੰ ਨਹੀਂ ਦੇਣੀ ਤੇ ਕੋਈ ਮਸਲਾ ਨਹੀਂ ਹਾਂਜੀ ਲੇਕਿਨ ਫਰੂਟਿੰਗ ਵੀ ਫਲ ਵੀ ਇਹਦੇ ਫੁੱਲ ਨਹੀਂ ਆਣਗੇ ਹਾਂਜੀ ਲੇਕਿਨ ਐਨਵਲੀ ਇਹਨੂੰ ਕੋਈ 200 ਕਿਲੋਗ੍ਰam ਨਾਈਟ੍ਰੋਜਨ ਜੀ ਥੈਟ ਮੀਨਸ ਕਿ ਕੋਈ ਤਕਰੀਬਨ ਤਕਰੀਬਨ ਉਹ ਬਣਨਗੀ ਇਹ ਆਪਣਾ 400 ਕਿਲੋ ਖਾਦ 50% ਨਹੀਂ 40 40% ਹੁੰਦੀ ਹੈ ਹਾਂਜੀ 46 ਹੁੰਦੀ ਹੈ ਇੱਕ ਬੋਰੀਆਂ ਤਕਰੀਬਨ 9 ਬੋਰੀਆਂ ਸਾਲਾਨਾ ਇਹਨੂੰ ਯੂਰੀਆ ਚਾਹੀਦੀ ਹੈ ਇੰਨੀ ਹੀ ਪੋਟਾਸ਼ ਚਾਹੀਦੀ ਹੈ ਅੱਛਾ ਜੀ ਔਰ ਫਾਸਫੋਰਸ ਜਿਹੜੀ ਆ ਉਹ ਵੀ ਆਪਣਾ ਉਹ 200 ਕਿਲੋ ਫਾਸਫੋਰਸ ਇਹਨੂੰ ਚਾਹੀਦੀ ਇੰਨੀ ਖਾਦ ਪਾ ਕੇ ਤੇ ਇਹ ਖਰਚਾ ਕੱਢ ਜਾਂਦਾ ਜੀ ਖਰਚਾ ਅਗਰ ਤੁਹਾਡੀ ਗ੍ਰਿਪ ਹੋਵੇ ਹੁਣ ਅਸੀਂ ਤੇ ਸਾਲ ਡੇਢ ਤੋਂ ਸਿਰਫ ਸਿੱਖ ਹੀ ਰਹੇ ਹਾਂ ਖਰਚਾ ਪਲਿਵਿੰਗ ਕਰ ਰਹੇ ਹਾਂ ਤੇ ਆਸਾ-ਆਸਾ ਹੁਣ ਚੀਜ਼ਾਂ ਦਾ ਪਤਾ ਚੱਲ ਰਿਹਾ ਤੇ ਹੁਣ ਸਾਨੂੰ ਕੋ ਥੋੜਾ ਬਹੁਤ ਇਹਦੀ ਪੁੱਲ ਸ਼ੋਲ ਵੀ ਕੋ ਨਫੇ ਵਾਲੀ ਸਾਈਡ ਤੇ ਅਸੀਂ ਜਾਣਾ ਇਹ ਫੁੱਲ ਵਿਕਦੇ ਇੱਥੇ ਜੀ ਬਿਲਕੁਲ ਵਿਕਦੇ ਕਿੱਥੇ ਵੇਚਦੇ ਸ਼ਾਹਕੋਟ 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 ਸੰਗਲਾ ਹਰ ਸ਼ਹਿਰ ਜੀ ਵਿਕਦੇ ਜੀ ਗੁਲਾਬ ਦੀ ਡਿਮਾਂਡ ਪੂਰੀ ਹੀ ਨਹੀਂ ਹੋ ਸਕਦੀ ਐਵਰੇਜ ਕਿੰਨਾ ਹੁੰਦਾ ਇਹਦਾ ਸਰ ਐਵਰੇਜ ਬਾਕੀ ਮਹੀਨਿਆਂ ਦੇ ਵਿੱਚ ਤੇ 10 ਤੋਂ 20 ਕਿਲੋ ਤੱਕ ਰਹਿੰਦੀ ਹੈ ਜੀ ਜਿਹੜੇ ਮਈ ਦਾ ਮਹੀਨਾ ਹੈ April May June ਹਾਂਜੀ ਇਨਾ ਮਹੀਨਿਆਂ ਦੇ ਵਿੱਚ ਤੇ ਐਵਰੇਜ ਬਹੁਤ ਥੱਲੇ ਆ ਜਾਂਦੀ 4-5 ਕਿਲੋ ਤੇ ਠੀਕ ਹੈ 4-5 ਕਿਲੋ ਕਿੰਨੀ ਜਗਾਹ ਚੋਂ 1 ਏਕੜ ਚ ਅੱਛਾ ਉਹਦੀ ਵਜ੍ਹਾ ਹੈ ਕਿ ਲੋ ਚੱਲ ਰਹੀ ਹੁੰਦੀ ਹੈ ਹਾਂਜੀ ਇਹ ਪੌਦੇ 40 ਡਿਗਰੀ ਸੈਂਟੀਗ੍ਰੇਡ ਤੋਂ ਜਦੋਂ ਉੱਪਰ ਟੈਂਪਰੇਚਰ ਜਾਂਦਾ ਤੇ ਇਹ ਫਲਾਰਿੰਗ ਘਟਾ ਦਿੰਦੇ ਨੇ ਬਹੁਤ ਘਟ ਹੋ ਜਾਂਦਾ ਫਲ ਔਰ ਜਦੋਂ 44 ਡਿਗਰੀ ਸੈਂਟੀਗ੍ਰੇਡ ਤੋਂ ਟੈਂਪਰੇਚਰ ਉੱਤੇ ਜਾਂਦਾ ਤੇ ਬਿਲਕੁਲ ਹੀ ਫਲੋਰਿੰਗ ਬੰਦ ਹੋ ਜਾਂਦੀ ਹੈ ਫਿਰ ਉਹਦਾ ਆਪਣੇ ਆਪ ਨੂੰ ਜ਼ਿੰਦਾ ਹੀ ਰੱਖ ਲੈ ਤੇ ਕਾਫੀ ਹੁੰਦਾ ਠੀਕ ਹੈ ਜੀ ਔਰ ਜਿਹੜੇ ਕੋਈ ਥੋੜੇ ਬਹੁਤ ਫੁੱਲ ਆਉਂਦੇ ਨੇ ਜਿਹੜੇ ਤੇ ਕੋਈ ਆਪਣਾ ਵੱਤਰ ਮੇਨਟੇਨ ਰੱਖਦੇ ਨੇ ਉਹਨਾਂ ਦੇ ਫੁੱਲ ਆਉਂਦੇ ਨੇ ਤੇ ਜਿੰਨਾ ਹਫ਼ਤੇ ਬਾਅਦ ਹੀ ਪਾਣੀ ਲਾਉਣਾ ਵਾ ਉਹ ਫਿਰ ਕੁਝ ਨਹੀਂ ਮਿਲਦਾ ਉਹ ਤਿੰਨ ਚਾਰ ਮਹੀਨੇ ਛੁੱਟੀ ਦੇ ਹੀ ਹੁੰਦੇ ਹਿਸਾਬ ਨਾਲ ਜੀ ਠੀਕ ਹੋ ਗਿਆ ਅਧਿਨਾਨ ਸਾਹਿਬ ਉਸ ਤੋਂ ਬਾਅਦ ਤੁਹਾਡਾ ਸੌਣ ਪਾਦੂ ਤੋਂ ਅੱਗੇ ਫਿਰ ਫਲੋਰਿੰਗ ਸ਼ੁਰੂ ਹੋ ਜਾਂਦੀ ਧੁੰਦਾ ਲਾਇਕ ਮਹੀਨਾ ਉਹ ਵਿੱਚ ਘਟਦਾ ਫਿਰ ਅਨਵਰਡ ਚੱਲਦਾ ਰਹਿੰਦਾ ਤੇ ਮਾਰਚ ਚ ਦੀ ਪੀਕ ਪ੍ਰੋਡਕਸ਼ਨ ਹੁੰਦੀ ਜੀ ਜਿੱਥੋਂ ਤੁਹਾਡਾ ਫੁੱਲ 10 ਕਿਲੋ ਉਤਰਿਆ ਉਥੋਂ ਮਾਰਚ ਦਾ ਮਹੀਨਾ ਜਿਹੜਾ ਹੈ ਨਾ 15 ਫਰਵਰੀ ਤੋਂ 15 ਮਾਰਚ ਨੂੰ ਚੇਤਰ ਦਾ ਮਹੀਨਾ ਗਿਆ ਜਾਂਦਾ ਉਹ ਚੇਤਰ ਦਾ ਮਹੀਨਾ ਜਿਹੜਾ 15 ਆਪਣਾ ਇਹਦੀ ਐਵਰੇਜ ਜਿੱਥੋਂ 10 ਕਿਲੋ ਉਤਰਿਆ ਉਥੇ 100 ਕਿਲੋ ਉਤਰਿਆ ਹੁੰਦਾ 10 ਕਿਲੋ 10 ਗੁਣਾ ਵੱਜ ਜਾਂਦੀ 10 ਗੁਣਾ ਇਹਦੀ ਫਰਟ ਵੱਜ ਜਾਂਦੀ ਹੈ ਜੀ ਬਹਾਰ ਹੈ ਫੁੱਲਾਂ ਦਾ ਮੌਸਮ ਹੈ ਉਦੋਂ ਫੁੱਲ ਰਾਜ ਆਉਂਦੇ ਸਾਡੇ ਕਾਸ਼ਤਕਾਰ ਵੇਲੀਆਂ ਨੂੰ ਲਾਣੇ ਚਾਹੀਦੇ ਆ ਚਾਹੇ ਖੇਤਾਂ 'ਚ ਲਾਣ ਚਾਹੇ ਬੱਟਾਂ 'ਤੇ ਲਾਣ ਲਾਣੇ ਜ਼ਰੂਰ ਚਾਹੀਦੇ ਸਾਰੇ ਦੇਖੋ ਦੇਸੀ ਗੁਲਾਬ ਭਾਵੇਂ 10 ਪੌਦੇ ਲਾਓ ਜੀ ਉਹ ਤੇ لازمی ਲਾਣਾ ਚਾਹੀਦਾ ਠੀਕ ਹੈ ਜੀ ਇਹ ਗੁਲਾਬ ਖੂਬਸੂਰਤੀ ਵਾਸਤੇ ਤੁਸੀਂ ਬਿਲਕੁਲ ਜ਼ਰੂਰ ਲਾਓ ਪ੍ਰੋਫੈਸ਼ਨਲੀ ਲਾਣਾ ਵਾ ਫੇਰ ਵੀ ਲਾਓ ਲੇਕਿਨ ਐਕਸਪੈਰੀਮੈਂਟ ਜ਼ਰੂਰ ਕਰਨਾ ਚਾਹੀਦਾ ਵਾ ਨੁਕਸਾਨ ਹੁੰਦੇ ਰਹਿੰਦੇ ਆ ਜੀ ਬਾਕੀ ਫਸਲਾਂ ਚ ਵੀ ਹੋ ਜਾਂਦੇ ਆ ਇਹਨਾਂ ਜੀ ਹੋ ਜਾਣਗੇ ਕੋਈ ਗੱਲ ਨਹੀਂ ਲੇਕਿਨ ਅਗਰ ਤੁਹਾਡੀ ਗ੍ਰਿਪ ਹੋ ਜਾਵੇ ਤੁਸੀਂ ਕਾਮਯਾਬ ਹੋ ਜਾਵੇ ਤੇ ਜਾਨ ਛੁੱਟ ਜਾਂਦੀ ਏ ਇੱਕ ਦਫਾ ਗੁਲਾਬ ਲੱਗਾ 15 ਤੋਂ 20 ਸਾਲ ਚੱਲ ਜਾਏਗਾ ਔਰ 15 20 ਸਾਲ ਤੱਕ ਤੁਹਾਡਾ ਹਲਦਾ ਖਰਚਾ 4 ਏਕੜ ਦਾ ਇੱਕ ਜਿਹੜਾ ਜ਼ਿੰਮੇਦਾਰ ਹੈ ਉਹ ਮਹੀਨੇ ਦੇ ਵਿੱਚ ਕਮੋਂ ਬੇਸ਼ 15000 ਰੁਪਏ ਜਿਹੜਾ ਨਾ ਕਿ ਉਹ ਫਸਲਾਂ ਹੈ ਰਫੇਰ ਕਰਕੇ ਬਦਲਦਾ ਰਹੇ ਤਾਂ ਹਰ ਮਹੀਨੇ 15000 ਟਰੈਕਟਰ ਵਾਲੇ ਨੂੰ ਦਿੰਦਾ ਬਿਲਕੁਲ ਦਿੰਦਾ ਜੀ ਫਿਰ ਬੀਜ ਦਾ ਦਿੰਦਾ ਹਾਂਜੀ ਉਹਦੇ ਵਿੱਚ ਮਜ਼ਦੂਰ ਨੂੰ ਦਿੰਦਾ ਜੀ ਕਿਹਾਵਾ ਤੁਸੀਂ ਬੀਜ ਲੈਣਾ 15 20 ਸਾਲ ਤੱਕ ਫਿਰ ਤੁਹਾਨੂੰ مزید ਇਹਦੀ ਜ਼ਰੂਰਤ ਕੋਈ ਨਹੀਂ ਬੀਜਣ ਦੀ ਬਲਕਿ ਹਰ ਸਾਲ ਇਹਦੀਆਂ ਤੁਸੀਂ ਕਲਮਾ ਸੇਲ ਕਰ ਸਕਦੇ ਹੋ ਅਗੇ ਨਸੀਬ ਬਣਾ ਸਕਦੇ ਹੋ ਇਹਦੇ ਫੁੱਲ ਸੇਲ ਕਰ ਸਕਦੇ ਹੋ ਉਹ ਲੰਬਾ ਪ੍ਰੋਸੀਜਰ ਹੈ ਅਗੇ ਜਿਵੇਂ ਵੀ ਸੂਟ ਕਰੀ ਅਦਨ ਅਦਨਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਅੱਛੀ ਮਾਹਲੂਮਾਤ ਦਿੱਤੀ ਔਰ ਉਮੀਦ ਹੈ ਕਾਸ਼ਤਕਾਰ ਸਾਥੀਆਂ ਦੀ ਵੀ ਰਹਿਨਮਾਈ ਕਰਦੇ ਰੋਗੇ ਜੀ ਬਹੁਤ ਸ਼ੁਕਰੀਆ ਪਾਕਿਸਤਾਨ ਜ਼ਿੰਦਾਬਾਦ